ਲਹਿਰਾ ਕਾਕਾ ਤੇ ਬਾਬਾ ਹੀਰਾ ਸਿੰਘ ਭੱਠਲ ਇੰਜੀਨੀਅਰ ਕਾਲਜ ਦੇ ਪ੍ਰੋਫੈਸਰ ਪਿਛਲੇ 9 ਮਹੀਨੇ ਤੋਂ ਤਨਖਾਹਾਂ ਨਾ ਮਿਲਣ ਦੇ ਕਾਰਨ ਹੜਤਾਲ ਤੇ ਬੈਠੇ ਨੇ, ਜਿਸ ਦੇ ਚਲਦੇ ਕਾਲਜ 'ਚ ਵਿਦਿਆਰਥੀਆਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਹੈ। ਹੜਤਾਲ ਤੇ ਬੈਠੇ ਪ੍ਰੋਫੈਸਰਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ, ਕਿਉਂਕਿ ਉਹਨਾਂ ਨੂੰ ਪਿਛਲੇ 9 ਮਹੀਨੇ ਤੋਂ ਤਨਖਾਹ ਨਹੀਂ ਮਿਲ ਰਹੀਆਂ ਅਤੇ ਉਹ ਮਾਨਸਿਕ ਅਤੇ ਆਰਥਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਨੇ। ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ, ਉਨੀ ਦੇਰ ਤੱਕ ਉਹ ਹੜਤਾਲ ਤੇ ਰਹਿਣਗੇ। ਅਸੀਂ 1 ਸਾਲ ਤੋਂ ਤਕਰੀਬਨ ਆਪਣੀਆਂ ਤਨਖਾਹਾਂ ਵਾਸਤੇ ਸਰਕਾਰ ਨੂੰ ਵਾਰ ਵਾਰ ਮੰਗ ਕਰ ਰਹੇ ਹਾਂ ਕਿ ਸਾਡੀਆਂ ਤਨਖਾਹਾਂ ਲਗਾਤਾਰ ਸਾਨੂੰ ਹਰ ਮਹੀਨੇ ਜਾਰੀ ਕੀਤੀਆਂ ਜਾਣ। ਅੱਜ ਤੋਂ 6-7 ਮਹੀਨੇ ਪਹਿਲਾਂ ਵੀ ਸਾਨੇ ਇੱਕ ਧਰਨਾ ਲਗਾਇਆ ਸੀ, ਉਸ ਧਰਨੇ ਵੇਲੇ ਵੀ ਸਾਨੂੰ ਇੱਕ ਦਿਲਾਸਾ ਦੇ ਕੇ ਉਠਾ ਦਿੱਤਾ ਗਿਆ ਵੀ ਅਸੀਂ ਤੁਹਾਡਾ ਕੋਈ ਸਥਾਈ ਹੱਲ ਕਰ ਰਹੇ ਹਾਂ। ਉਹਦੀਆਂ ਮੀਟਿੰਗਾਂ ਰੱਖੀਆਂ ਜਾਂਦੀਆਂ ਹਨ, ਯੂਨੀਵਰਸਿਟੀਆਂ ਦੇ VC ਬੁਲਾਏ ਜਾਂਦੇ ਹਨ, ਬਟ ਉਹ ਉੱਥੇ ਜਾ ਕੇ ਮੁੜੇ ਆਉਂਦੇ ਨੇ, ਮੰਤਰੀ ਸਾਹਿਬ ਵੱਲੋਂ ਕੋਈ ਮੀਟਿੰਗ ਨਹੀਂ ਲਈ ਜਾਂਦੀ, ਕਦੇ ਮੀਟਿੰਗ ਪੋਸਟਪੋਨ ਕੀਤੀ ਜਾਂਦੀ ਹੈ, ਕਦੇ ਉਸੇ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਕੱਢਿਆ ਜਾਂਦਾ, ਜੇ ਮੀਟਿੰਗ ਕਰ ਵੀ ਲਈ ਜਾਂਦੀ ਹੈ, ਕਦੇ ਸਾਡਾ ਕੋਈ ਹੱਲ ਨਹੀਂ ਹੋਇਆ। ਅੱਜ ਅਸੀਂ 105 ਸਟਾਫ ਮੈਂਬਰ ਇੱਥੇ ਧਰਨੇ ਤੇ ਬੈਠੇ ਹਾਂ ਔਰ ਲਗਾਤਾਰ ਇਹ ਧਰਨਾ ਉਦੋਂ ਤੱਕ ਚੱਲੂਗਾ ਜਦੋਂ ਤੱਕ ਸਾਡਾ ਕੋਈ ਸਥਾਈ ਹੱਲ ਸਰਕਾਰ ਨਹੀਂ ਕੱਢਦੀ। ਦੂਜੇ ਪਾਸੇ ਕਾਲਜ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਪ੍ਰੋਫੈਸਰਾਂ ਦੀਆਂ ਤਨਖਾਹਾਂ ਨੂੰ ਲੈ ਕੇ ਉਹ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਲਿਖ ਚੁੱਕੇ ਨੇ ਅਤੇ ਸਿੱਖਿਆ ਵਿਭਾਗ ਵੱਲੋਂ ਇਸ ਗੱਲ ਦਾ ਹੱਲ ਕੱਢਣ ਦੀ ਗੱਲ ਕਹੀ ਗਈ ਹੈ। ਹਾਂਜੀ, ਸਾਨੂੰ ਸਟਾਫ ਮੈਂਬਰ ਦੀ ਤਰਫੋਂ 11 ਤਰੀਕ ਨੂੰ ਰਿਕੁਐਸਟ ਪ੍ਰਾਪਤ ਹੋਈ ਸੀ ਕਿ ਜੇ ਉਹਨਾਂ ਦੀ ਸੈਲਰੀਆਂ ਰਿਲੀਜ਼ ਨਹੀਂ ਕੀਤੀਆਂ ਜਾਂਦੀਆਂ ਅਤੇ ਸਥਾਈ ਹੱਲ ਨਹੀਂ ਸੰਸਥਾ ਦਾ ਹੁੰਦਾ ਤਾਂ ਉਹ ਸਟ੍ਰਾਈਕ 'ਤੇ ਜਾ ਸਕਦੇ ਹਾਂ 23 ਤੋਂ। ਇਸ ਸੰਬੰਧੀ ਅਸੀਂ ਡਾਇਰੈਕਟਰ ਤਕਨੀਕੀ ਸਿੱਖਿਆ, ਪ੍ਰਿੰਸੀਪਲ ਸੈਕਟਰੀ ਟੈਕਨੀਕਲ ਐਜੂਕੇਸ਼ਨ, ਮੰਤਰੀ ਸਾਹਿਬ ਅਤੇ CM ਸਾਹਿਬ ਨੂੰ ਇਹਦੀ ਜਾਣਕਾਰੀ ਦੇ ਦਿੱਤੀ ਸੀ ਤਾਂ ਕਿ ਇਸ ਨੂੰ ਪਹਿਲਾਂ ਹੀ ਅਸੀਂ ਰੋਕ ਸਕੀਏ। ਇਸ ਸੰਬੰਧੀ ਡਾਇਰੈਕਟਰ ਸਾਹਿਬ ਦੁਆਰਾ ਅੱਜ 11 ਵਜੇ ਮੀਟਿੰਗ ਰੱਖੀ ਗਈ ਸੀ ਪਰ ਕੁਝ ਕਾਰਨਾਂ ਕਰਕੇ ਉਹਨਾਂ ਨੂੰ ਕਿਤੇ ਜਾਣਾ ਪੈ ਗਿਆ ਅਤੇ ਉਹ ਪੋਸਟਪੋਨ ਕਰਕੇ ਪਰਸੋਂ ਰੱਖੀ ਗਈ ਹੈ ਹੁਣ। ਅਤੇ ਸੈਕਟਰੀ ਸਾਹਿਬ ਨਾਲ ਵੀ ਸਾਡੀ ਗੱਲ ਹੋਈ ਸੀ, ਉਹਨਾਂ ਨੇ ਵੀ ਡਾਇਰੈਕਟਰ ਸਾਹਿਬ ਦੀ ਡਿਊਟੀ ਲਾਈ ਹੈ ਕਿ ਪਰਸਨਲੀ ਇਸ ਮੁੱਦੇ ਨੂੰ ਹੱਲ ਕੀਤਾ ਜਾਵੇ। ਲਹਿਰਾ ਕਾਕਾ ਤੋਂ ਗਗਨਦੀਪ ਸਿੰਘ ਦੀ ਰਿਪੋਰਟ, ਦੈਨਿਕ ਸਵੇਰਾ TV।